वाहेगुरु जी का खालसा, वाहेगुरु जी की फतेह। सैन फ्रांसिस्को दे इस फ्रीडम रैली नगर कीर्तन दे विच आप सब नू असी जी आइआं नू आखदे आं। पंचम पातशाह साहिब श्री गुरु अर्जन देव महाराज जी दे शहीदी पुरब ते 1984 ते समूह शहीदां सिंघां सिंघणियां दी याद दे विच इह फ्रीडम रैली नगर कीर्तन सैन फ्रांसिस्को दे विच पिछले कई सालां तो सजाया जा रहा है। आओ उत्थों दा तुहानूं अखीं डिठा हाल लाइव प्रसारण जिहड़ा तुहाडे नाल सांझ पाउंदे आ। अपने नाल कुछ वीर सिंह जिहड़े उह जुड़ चुके आ, आपां उहनां दे नाल गल करदे आ। बाबा जी वाहिगुरू जी का खालसा, वाहिगुरू जी की फतेह जी। हाँ जी, ਆਪਾਂ ਅੱਜ ਇਸ ਨਗਰ ਕੀਰਤਨ ਦੇ ਉੱਤੇ ਪਹੁੰਚੇ ਆ, ਪਿਛਲੇ ਕਈ ਸਾਲਾਂ ਤੋਂ ਹੋ ਰਿਹਾ ਆ, ਅੱਜ ਦਾ ਦਿਨ ਵੀ ਬਹੁਤ ਸੋਹਣਾ ਲੱਗਾ ਆ ਤੇ ਆਪਾਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵੀ ਹੁਮ ਹੁਮਾ ਕੇ ਪਹੁੰਚੋ ਅੱਜ ਦੇ ਦਿਨ ਦੀ ਮਹੱਤਤਾ। 4 ਜੂਨ ਦੇ ਬਾਰੇ, ਉਸ ਜੂਨ 84 ਦੇ ਘੱਲੂਘਾਰੇ ਬਾਰੇ ਕੁਛ ਸ਼ਬਦ। ਹਾਂਜੀ, ਸਭ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾ ਜਿਹੜਾ ਨਗਰ ਕੀਰਤਨ ਹੈ ਉਹ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਦੀ ਯਾਦ ਵਿੱਚ ਅਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਹਨਾਂ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਹੈ। ਸੋ ਬੇਰੇ ਦੀਆਂ ਸੰਗਤਾਂ ਅਤੇ ਇਸ ਕੈਲੀਫੋਰਨੀਆ ਦੀਆਂ ਸਮੂਹ ਸੰਗਤਾਂ ਵੱਲੋਂ ਹਰ ਸਾਲ ਜੋ ਸੈਨ ਫ੍ਰਾਂਸਿਸਕੋ ਵਿਖੇ ਜੋ ਨਗਰ ਕੀਰਤਨ ਕੀਤੇ ਜਾ ਰਹੇ ਹਨ, ਸੋ ਸਭ ਸੰਗਤਾਂ ਨੂੰ ਬੇਨਤੀ ਆ ਜਿਹੜੀਆਂ ਸੰਗਤਾਂ ਅਜੇ ਨਹੀਂ ਪਹੁੰਚੀਆਂ ਉਹ ਵੀ ਪਹੁੰਚੋ ਅਤੇ ਨਗਰ ਕੀਰਤਨ ਦੇ ਸ਼ਾਨ ਨੂੰ ਵਧਾਓ ਅਤੇ ਸ਼ਹੀਦਾਂ ਨੂੰ ਨਮਸਕਾਰ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਦਿਲਬਾਗ ਸਿੰਘ ਜੀ, ਗੁਰਦੁਆਰਾ ਸਾਹਿਬ ਫਰੀਮੌਂਟ ਦੇ ਵਿੱਚ ਲਗਾਤਾਰ ਸੇਵਾ ਕਰਦੇ ਆ ਰਹੇ ਆ। ਆਪਣੇ ਨਾਲ ਹੁਣ ਜਸਵਿੰਦਰ ਸਿੰਘ ਜੰਡੀ ਜੀ ਉਹ ਜੁੜ ਚੁੱਕੇ ਆ, ਉਹਨਾਂ ਦੇ ਨਾਲ ਗੱਲ ਕਰਦੇ ਆ। ਜਸਵਿੰਦਰ ਸਿੰਘ ਜੰਡੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਕੀ ਫਤਿਹ। ਆਪਣੇ ਪਹਿਲਾਂ ਤਾਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ ਗੁਰੂ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਜੋ ਨਗਰ ਕੀਰਤਨ ਹੋ ਰਿਹਾ, ਮੈਂ ਸਮੁੱਚੀ ਸਾਧ ਸੰਗਤ ਨੂੰ ਅੱਜ ਦੇ ਇਸ ਪ੍ਰੋਗਰਾਮ 'ਤੇ ਸੱਦਾ ਪੱਤਰ ਦਿੰਦਾ ਅਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਸੱਚੀ ਸਤਾਲੀ ਭੇਟ ਕਰਦਾ। ਜੋ ਇਹ ਨਗਰ ਕੀਰਤਨ ਹੈ, ਇਹ 7ਵਾਂ ਨਗਰ ਕੀਰਤਨ ਹੈ ਸੈਨ ਫ੍ਰਾਂਸਿਸਕੋ ਦੀ ਧਰਤੀ 'ਤੇ। ਇਹ ਸਮੁੰਦਰ ਦੇ ਕਿਨਾਰੇ 'ਤੇ ਕੈਲੀਫੋਰਨੀਆ ਦਾ ਬਹੁਤ ਸੁੰਦਰ ਸ਼ਹਿਰ ਹੈ ਸੈਨ ਫ੍ਰਾਂਸਿਸਕੋ, ਜਿਹੜਾ ਕੈਲੀਫੋਰਨੀਆ ਦੀ ਹੱਬ ਹੈ। ਇਸ ਧਰਤੀ ਦੇ ਉੱਤੇ ਨਗਰ ਕੀਰਤਨ ਕਰਨੇ ਅਤੇ ਉਹਨਾਂ ਗੁਰੂਆਂ ਨੂੰ ਅਤੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਬੜੇ ਵੱਡੇ ਮਾਣ ਦੀ ਗੱਲ ਹੈ। ਮੈਂ ਗੁਰਦੁਆਰਾ ਸਾਹਿਬ ਸਾਰੇ ਕੈਲੀਫੋਰਨੀਆ ਦੇ ਜਿਹੜੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਮੁੱਚੀਆਂ ਜਥੇਬੰਦੀਆਂ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਇਹ ਬੱਸਾਂ ਗੁਰਦੁਆਰਿਆਂ ਵੱਲੋਂ ਚਲਾਈਆਂ ਅਤੇ ਸਮੁੱਚੀ ਸਾਧ ਸੰਗਤ ਇੱਥੇ ਲੈ ਕੇ ਪਹੁੰਚ ਰਹੇ ਨੇ। ਜਿਹੜੀ ਸੰਗਤ ਅਜੇ ਘਰਾਂ ਵਿੱਚ ਬੈਠੀ ਆ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਵੀ ਇੱਥੇ ਪਹੁੰਚ ਕੇ ਸਮੇਂ ਸਿਰ ਉਹਨਾਂ ਮਹਾਨ ਸ਼ਹੀਦਾਂ ਨੂੰ ਜੋ ਸਰਜਾ ਦੇ ਫੁੱਲ ਭੇਟ ਕਰਨ ਅਤੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਅਤੇ ਮੈਂ ਨਾਲ ਹੀ ਪੰਜਾਬੀ ਰੇਡੀਓ USA ਦੇ ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਕਰਦਾ, ਸਤਿਕਾਰਯੋਗ ਹਰਜੋਤ ਸਿੰਘ ਜੀ ਖਾਲਸਾ, ਬਲਵਿੰਦਰ ਕੌਰ ਜੀ ਅਤੇ ਰਾਜ ਕਿਰਨ, ਇਹਨਾਂ ਦਾ ਪੂਰਾ ਸਟਾਫ, ਇਹਨਾਂ ਦਾ ਬਹੁਤ ਧੰਨਵਾਦ ਕਰਦਾ। ਜਿੱਥੇ ਵੀ ਕੋਈ ਨਗਰ ਕੀਰਤਨ ਜਾਂ ਕੋਈ ਪ੍ਰੋਗਰਾਮ ਜਾਂ ਸਿੱਖੀ ਦੀ ਗੱਲ ਹੁੰਦੀ ਆ, ਪੰਜਾਬੀ ਰੇਡੀਓ USA ਜਿਹੜਾ ਹਮੇਸ਼ਾ ਉੱਥੇ ਲੀਡ ਕਰਦਾ, ਅੱਗੇ ਹੋ ਕੇ ਜਿਹੜੀ ਇਹ ਪੰਥ ਦੀ ਸੇਵਾ ਕਰਦਾ ਅਤੇ ਘਰ ਘਰ ਬੈਠਿਆਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਜਿਹੜਾ ਸੰਦੇਸ਼ ਆ ਸਾਡਾ ਉਹ ਪਹੁੰਚਾਉਂਦਾ ਆ। ਮੈਂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਦਾ ਕਿ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਤਰੱਕੀਆਂ ਹੋਰ ਬਖਸ਼ੇ ਅਤੇ ਨਾਲ ਹੀ ਸਮੁੱਚੀ ਸਾਧ ਸੰਗਤ ਨੂੰ ਅੱਜ ਦੇ ਗੁਰਪੁਰਬ ਦੀ ਅੱਜ ਦੇ ਜੋ ਸ਼ਹੀਦਾਂ ਦੇ ਸਰਤਾਜ ਗੁਰੂ 5ਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਪੁਰਬ ਨੂੰ ਮੈਂ ਇਹਨਾਂ ਨੂੰ ਜਿੱਥੇ ਸ਼ਰਧਾ ਦੇ ਫੁੱਲ ਭੇਟ ਕਰਦਾ ਉੱਥੇ ਸੰਗਤ ਨੂੰ ਵਧਾਈ ਦਿੰਦਾ ਕਿ ਤੁਸੀਂ ਇੱਥੇ ਅੱਜ ਸ਼ਹੀਦਾਂ ਦੀ ਜੋ ਇੱਥੇ ਯਾਦ ਵਿੱਚ ਪਹੁੰਚੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਆਪਾਂ ਜਿਹੜੇ ਗੱਲਬਾਤ ਕਰ ਰਹੇ ਸੀ ਜਸਵਿੰਦਰ ਸਿੰਘ ਜੰਡੀ ਉਹਨਾਂ ਦੇ ਨਾਲ, ਸੋ ਦੱਸਦੇ ਜਾਈਏ ਨਗਰ ਕੀਰਤਨ ਦੀ ਤਕਰੀਬਨ ਆਰੰਭਤਾ ਹੋਣ ਵਾਲੀ ਆ 2nd Street ਅਤੇ ਮਾਰਕੀਟ ਸਟਰੀਟ ਦੇ ਕੋਰਨਰ 'ਤੇ, ਉੱਥੇ ਜਿਹੜਾ ਤੁਸੀਂ ਪਹੁੰਚੋ ਮੌਂਟਗੋਮਰੀ ਸਟਰੀਟ ਦਾ ਜਿਹੜਾ ਬਾਰਟ ਦਾ ਸਟੇਸ਼ਨ ਆ ਉੱਥੇ ਤੁਸੀਂ ਆ ਕੇ ਜਿਹੜਾ ਆ ਉੱਥੇ ਜੇ ਤੁਸੀਂ ਪਬਲਿਕ ਟਰਾਂਸਪੋਰਟ ਲੈ ਰਹੇ ਆ ਤਾਂ ਆ ਕੇ ਉੱਥੇ ਤੁਸੀਂ ਉਤਰ ਕੇ ਉੱਥੇ ਪਹੁੰਚ ਸਕਦੇ ਆ। ਇਸ ਤੋਂ ਬਾਅਦ ਦੇ ਵਿੱਚ ਮੀਲ ਡੇਢ ਮੀਲ ਦਾ ਰਸਤਾ ਆ ਉਹ ਕਵਰ ਕਰਦੇ ਹੋਏ ਇਹਨਾਂ ਨੇ ਪਹੁੰਚਣਾ ਆ ਸਿਵਿਕ ਸੈਂਟਰ ਦੇ ਵਿੱਚ। ਅਤੇ ਆਪਣੇ ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਆ। ਹਰਜੋਤ ਸਿੰਘ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ। ਸਾਰਿਆਂ ਨੂੰ ਬੇਨਤੀ ਆ ਜਿੰਨੇ ਵੀ ਸੰਗਤਾਂ ਆ ਰਹੀਆਂ ਪਹੁੰਚੋ, ਨਗਰ ਕੀਰਤਨ ਬਹੁਤ ਜਲਦੀ ਸ਼ੁਰੂ ਹੋਣ ਵਾਲਾ ਹੈ। ਆਪਣੇ ਨਾਲ ਕੁਛ ਹੋਰ ਸਿੰਘ ਵੀ ਜੁੜੇ ਨੇ, ਵੀਰ ਜੀ ਕੀ ਨਾਮ? ਸਤਿ ਸ਼੍ਰੀ ਅਕਾਲ ਭਾਅ ਜੀ, ਮੇਰਾ ਨਾਮ ਵਰਿੰਦਰ ਸਿੰਘ ਹੈ ਜੀ।
ਤੁਸੀਂ ਕਿਹੜੇ ਇੱਥੋਂ ਲੋਕਲ ਆਏ ਆ ਜਾਂ ਕਿਹੜੀ ਜਗ੍ਹਾ ਤੋਂ ਆਏ ਹਾਂ ਜੀ ਮੈਂ ਫਰੀਮੋਟ ਤੋਂ ਆਇਆ ਜੀ ਠੀਕ ਹੈ ਹਾਂਜੀ ਸੋ ਹਰ ਵਾਰੀ ਤੁਸੀਂ ਜਦੋਂ ਇੱਥੇ ਨਗਰ ਕੀਰਤਨ ਹੁੰਦਾ ਹੈ ਪਹੁੰਚਦੇ ਆ ਜੀ ਭਾਜੀ ਮੈਂ ਪਹਿਲੀ ਵਾਰੀ ਆਇਆ ਹਾਂ ਵੈਸੇ ਠੀਕ ਹੈ ਤੇ ਕਿਉਂਕਿ ਮੈਂ ਲਾਸਟ ਟਾਈਮ ਦਸੰਬਰ 'ਚ ਇੱਥੇ ਅਮਰੀਕਾ ਆਇਆ ਠੀਕ ਹੈ ਹਾਂਜੀ ਸੋ ਕਿੱਦਾਂ ਲੱਗ ਰਿਹਾ ਹੈ ਦੇਖ ਕੇ ਸ਼ਹੀਦਾਂ ਦੀ ਯਾਦ ਦੇ ਵਿੱਚ ਨਗਰ ਕੀਰਤਨ ਭਾਜੀ ਇਹ ਸਾਡੇ ਵਾਸਤੇ ਬਹੁਤ ਵੱਡਾ ਦਿਨ ਹੈ ਸ਼ਹੀਦਾਂ ਦੀ ਯਾਦ ਵਿੱਚ ਜੋ ਸਾਡੇ ਨਾਲ ਇੰਡੀਅਨ ਦੀ ਗੌਰਮੈਂਟ ਨੇ ਸਾਡੇ ਭੈਣ ਭਰਾਵਾਂ ਨਾਲ ਉਸ ਟਾਈਮ ਕੀਤਾ ਸ਼ਹੀਦ ਕੀਤੇ ਸਾਡੇ ਨਾਲ ਜੈਨੋਸਾਈਡ ਹੋਇਆ ਲੋਕ ਇਹਨੂੰ ਦੰਗੇ ਕਹਿ ਦਿੰਦੇ ਪਰ ਉਹ ਦੰਗੇ ਨਹੀਂ ਹੈਗੇ ਇਹ ਜੈਨੋਸਾਈਡ ਆ ਕਤਲੇਆਮ ਸੀ ਸਾਡੇ ਲੋਕਾਂ ਦੇ ਨਾਲ ਉਸ ਟਾਈਮ ਜੋ ਹੋਇਆ ਉਹਦੀ ਯਾਦ ਵਿੱਚ ਇਹ ਅਸੀਂ ਇੱਥੇ ਜੋ ਨਗਰ ਕੀਰਤਨ ਇਸ ਟਾਈਮ ਇਹਨਾਂ ਨੇ ਰੰਭਿਆ ਉੱਥੇ ਪਹੁੰਚੇ ਹਾਂ ਹਾਜ਼ਰੀ ਲਵਾਉਣ ਲਈ ਅਤੇ ਬਹੁਤ ਦੁੱਖ ਹੁੰਦਾ ਉਹ ਸੀਨ ਯਾਦ ਕਰਕੇ ਅਤੇ ਪਰਮਾਤਮਾ ਇਹ ਜੇ ਹੁਣ ਵੀ ਜੋ ਮੌਕੇ ਦੀ ਸਰਕਾਰ ਕਰ ਰਹੀ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੋ ਇਹਨਾਂ ਨੇ ਧੱਕੇ ਨਾਲ NIA ਲਵਾ ਕੇ ਅਸਾਮ ਦੀ ਜੇਲ੍ਹ ਵਿੱਚ NSA ਲਵਾ ਕੇ ਅਸਾਮ ਦੀ ਜੇਲ੍ਹ ਵਿੱਚ ਪਾਇਆ ਇਹ ਸਾਡੇ ਲੋਕਾਂ ਨਾਲ ਜਿਹੜੀ ਵੀ ਗੌਰਮੈਂਟ ਆਉਂਦੀ ਹੈ ਇਹ ਧੱਕਾ ਹੀ ਹੋ ਰਿਹਾ ਸਾਨੂੰ 47 ਤੋਂ ਬਾਅਦ ਜਿੰਨੀਆਂ ਸਾਡੀਆਂ ਸ਼ਹੀਦੀਆਂ ਸੀ ਲੋਕਾਂ ਦੀਆਂ ਅਸੀਂ ਜੋ ਦੇਸ਼ ਲਈ ਕੁਰਬਾਨੀਆਂ ਕੀਤੀਆਂ ਸਾਨੂੰ ਉਹ ਮਤਲਬ ਕਿ ਨਾ ਹੱਕ ਤਾਂ ਕੀ ਮਿਲਣੇ ਸੀ ਇਹ ਮਤਲਬ ਕਿ ਸਾਨੂੰ ਦਬਾਣ 'ਤੇ ਹੀ ਲੱਗੇ ਹੋਏ ਨੇ ਇੱਕ ਹਿਸਾਬ ਦਾ ਇਹ ਚਾਹੁੰਦੇ ਨੇ ਕਿ ਇਹ ਖਤਮ ਕਰ ਦੇਣ ਪਰ ਇਹ ਅਕਾਲ ਪੁਰਖ ਦੀ ਫੌਜ ਇਹ ਕਦੀ ਖਤਮ ਨਹੀਂ ਹੋ ਸਕਦੀ ਪਰਮਾਤਮਾ ਦਸਮ ਪਿਤਾ ਦੇ ਇੱਦਾਂ ਨਹੀਂ ਕਦੀ ਹੋ ਸਕਦਾ ਜਿੱਦਾਂ ਜਿੱਦਾਂ ਵੀ ਜੋ ਹੈਗਾ ਸਿੰਘ ਸੂਰਮੇ ਤੁਹਾਨੂੰ ਪਤਾ ਪੈਦਾ ਹੁੰਦੇ ਰਹਿਣਗੇ ਅਤੇ ਇੱਕ ਨੂੰ ਦਬਾਣ ਨਾਲ ਕੁਝ ਨਹੀਂ ਹੋਣਾ ਇੱਕ ਨੂੰ ਜੇ ਕਰਨਗੇ ਤਾਂ ਲੱਖਾਂ ਪੈਦਾ ਹੋਣਗੇ ਧੰਨਵਾਦ ਵੀਰ ਜੀ ਓਕੇ ਭਾਜੀ ਧੰਨਵਾਦ ਵਾਹਿਗੁਰੂ ਖਾਲਸਾ ਹਾਂਜੀ ਆਪਣੇ ਨਾਲ ਇਸ ਟਾਈਮ ਅਲ ਸਬਰਾਂਟੇ ਗੁਰੂ ਘਰ ਦੇ ਪ੍ਰਬੰਧਕ ਚਰਨਜੀਤ ਸਿੰਘ ਜੀ ਉਹ ਜੁੜ ਚੁੱਕੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਜੀ ਕਿਸ ਸੰਗਤ ਦੇ ਨਾਲ ਪਹੁੰਚ ਚੁੱਕੇ ਹਾਂਜੀ ਸੰਗਤ ਲਿਆਏ ਆ ਜੀ ਲੰਗਰ ਲਿਆਏ ਆ ਨਗਾਰਾ ਲਿਆਏ ਆ ਸਤਿਗੁਰੂ ਮਹਾਰਾਜ ਜੀ ਦੀ ਉਹ ਸਾਰਾ ਹੀ ਜਿਹੜਾ ਵੱਡੀ ਗਿਣਤੀ ਵਿੱਚ ਸਿੰਘ ਪਹੁੰਚ ਰਹੇ ਆ ਔਰ ਪਹੁੰਚੇ ਵੀ ਆ ਔਲਰੇਡੀ ਦੀ ਸੇਵਾਵਾਂ ਵੀ ਚੱਲ ਰਹੀਆਂ ਗੁਰੂ ਘਰ ਵੱਲੋਂ ਜਿਹੜੀਆਂ ਵੀ ਸੰਗਤਾਂ ਹਾਲੇ ਵੀ ਘਰਾਂ ਦੇ ਵਿੱਚ ਬੈਠੀਆਂ ਉਹਨਾਂ ਨੂੰ ਬੇਨਤੀ ਹੈ ਕਿ ਜ਼ਰੂਰ 11-12 ਵਜੇ ਤੱਕ ਸਨ ਫਰਾਂਸਿਸਕੋ ਸੈਕਿੰਡ ਸਟਰੀਟ 'ਤੇ ਨਹੀਂ ਤਾਂ ਸਿਵਿਕ ਸੈਂਟਰ ਜਿਹੜਾ ਸਿੱਧਾ ਪਹੁੰਚਣ ਦੀ ਕਿਰਪਾਲਤਾ ਕਰੋ ਕਿਉਂਕਿ ਬਹੁਤ ਮਹਾਨ ਦਿਨ ਆ ਇਹ ਸਤਿਗੁਰੂ ਗੁਰੂ ਅਰਜਨ ਮਹਾਰਾਜ ਜੀ ਦੀ ਸ਼ਹਾਦਤ ਨਾਲ ਨਾਲ ਉੱਥੇ 1984 ਜੂਨ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਜੋ ਮਰਦੇ ਮੁਜਾਹਦ ਜੋ ਸੰਤ ਜਰਨੈਲ ਸਿੰਘ ਖਾਲਸਾ ਭਰ ਸਿੰਘਾਂ ਨੇ ਜਿਹੜਾ ਉਹ ਦਰਬਾਰ ਰੱਖਿਆ ਦੀ ਖਾਤਰ ਜਿਹੜੀ ਹੈ ਉਹਨੇ ਆਪਣੀ ਜਾਨ ਦੀ ਹੋਤੀ ਦਿੱਤੀ ਹੈ ਸਾਡੀ ਨਵੀਂ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਇਹੀ ਦੱਸਣ ਵਾਸਤੇ ਅਸੀਂ ਇਹ ਉਪਰਾਲਾ ਜਿਹੜਾ ਆਪਾਂ ਇਹ ਕਰ ਰਹੇ ਹਾਂ ਪਿਛਲੇ ਸਾਲਾਂ ਤੋਂ ਕਿ ਇਹ ਸਤਿਗੁਰੂ ਦੀ ਕਿਰਪਾ ਦੇ ਨਾਲ ਇਹਨਾਂ ਬੱਚਿਆਂ ਨੂੰ ਵੀ ਪਤਾ ਲੱਗੇ ਜੀ ਹੈ ਨਾ ਜੀ ਬਹੁਤ ਬਹੁਤ ਮਿਹਰਬਾਨੀ ਚਰਨਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਹਾਂਜੀ ਕੀ ਨਾਮ ਹੈ ਜੀ ਆਪ ਜਗਪਾਲ ਜੀ ਤੁਸੀਂ ਇੱਥੇ ਸੈਨ ਫਰਾਂਸਿਸਕੋ ਤੋਂ ਲੋਕਲ ਹਾਂਜੀ ਸੈਨ ਫਰਾਂਸਿਸਕੋ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ ਠੀਕ ਹੈ ਤੇ ਤੁਸੀਂ ਆ ਕੇ ਅੱਜ ਆਪਾਂ ਦੇਖ ਰਹੇ ਹਾਂ ਵੀ ਪਿਛਲੇ ਕਈ ਸਾਲਾਂ ਤੋਂ ਹੁਣ ਆਪਾਂ ਇੱਥੇ ਨਗਰ ਕੀਰਤਨ ਕਰ ਰਹੇ ਹਾਂ ਤੁਸੀਂ ਵੀ ਲੋਕ ਸੰਗਤ ਵੀ ਇੱਥੇ ਪਹੁੰਚੀ ਆ ਸੋ ਕਿੱਦਾਂ ਦਾ ਲੱਗਦਾ ਇਦਾਂ ਹਾਂਜੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਭਾਜੀ ਜੇ ਤੁਸੀਂ ਸੈਨ ਫਰਾਂਸਿਸਕੋ ਦੀ ਹਿਸਟਰੀ ਨੂੰ ਪੜ੍ਹੋ ਤੇ ਜਿਹੜਾ ਸਾਰਿਆਂ ਨਾਲ ਪਹਿਲਾ ਗੁਰੂ ਘਰ ਆ ਉਹ ਸੈਨ ਫਰਾਂਸਿਸਕੋ 'ਚ ਬਣਨਾ ਚਾਹੀਦਾ ਸੀ ਪੂਰੇ ਅਮਰੀਕਾ 'ਚ ਪੂਰੇ ਈਵਨ ਕਿ ਕੈਨੇਡਾ ਨਾਲੋਂ ਵੀ ਕਿਉਂਕਿ ਸਾਡੇ ਜਿਹੜੇ ਬਜ਼ੁਰਗ ਆ ਜਿਹਨਾਂ ਆਪਾਂ ਗਦਰੀ ਬਾਬੇ ਵੀ ਕਹਿੰਦੇ ਹਾਂ 1890 'ਚ ਸੈਨ ਫਰਾਂਸਿਸਕੋ ਆਏ ਆ ਅਤੇ ਇਸ ਕਰਕੇ ਅਸੀਂ ਆਲਰੇਡੀ ਬਹੁਤ ਲੇਟ ਹੋ ਗਏ ਹਾਂ ਪਰ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਆਪਣਾ ਏਅਰਪੋਰਟ ਦੇ ਲਾਗੇ 2400 ਰੋਜ਼ਵੁੱਡ ਡਰਾਈਵ 'ਤੇ ਗੁਰਦੁਆਰਾ ਸਾਹਿਬ ਬਣਿਆ ਅਤੇ ਉਸ ਗੁਰਦੁਆਰਾ ਸਾਹਿਬ ਬਣਨ ਕਰਕੇ ਬਾਕੀਆਂ ਜਿਹੜੇ ਗੁਰੂ ਘਰਾਂ ਦੇ ਸੰਗਤ ਸੀ ਜਾਂ ਉੱਥੇ ਦੀਆਂ ਕਮੇਟੀਆਂ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਇਨਕਰੇਜ ਹੋਇਆ ਹੁਣ ਇਹ ਆਪਣਾ 7ਵਾਂ ਨਗਰ ਕੀਰਤਨ ਆ ਇਹ ਰਹੇ ਸ਼ਹੀਦਾਂ ਨੂੰ ਸਮਰਪਿਤ ਆ ਕਿਉਂਕਿ ਸਾਡੀ ਕੌਮ ਦੇ ਵਿੱਚ ਸ਼ਹੀਦ ਸਾਡੇ ਸਰਤਾਜ ਆ ਸ਼ਹੀਦ ਪਹਿਲਾਂ ਬਾਕੀ ਸਾਡੇ ਕੰਮ ਬਾਅਦ ਦੇ ਵਿੱਚ ਜੇ ਅੱਜ ਅਸੀਂ ਸਾਰੇ ਅਮਰੀਕਾ ਕੈਨੇਡਾ ਦੀ ਧਰਤੀ ਦੇ ਵੀ ਤੁਰੇ ਫਿਰਦੇ ਹਾਂ ਸ਼ਹੀਦਾਂ ਦਾ ਕਰਕੇ ਹੀ ਆ ਜੋ ਅਸੀਂ ਰੋਟੀ ਵੀ ਖਾਂਦੇ ਉਹ ਵੀ ਸ਼ਹੀਦਾਂ ਕਰਕੇ ਵਧੀਆ ਕੱਪੜੇ ਵਧੀਆ ਦਸਤਾਰਾਂ ਇਹ ਸਾਰਾ ਕੁਝ ਸਾਨੂੰ ਸ਼ਹੀਦਾਂ ਨੇ ਦਿੱਤਾ ਔਰ ਉਹਨਾਂ ਨੇ ਆਪਣਾ ਖੂਨ ਡੋਲਿਆ ਇਸ ਕਰਕੇ ਮੇਰੀ ਸਾਰੀ ਸੰਗਤ ਨੂੰ ਆ ਵੀ ਜਿੱਥੇ ਵੀ ਤੁਸੀਂ ਘਰਾਂ 'ਚ ਬੈਠੇ ਹਾਂ ਹੁਮ ਹੁਮਾ ਕੇ ਅੱਜ ਇਸ ਨਗਰ ਆਪਣੇ ਕੀਰਤਨ ਨਗਰ ਕੀਰਤਨ ਪਹੁੰਚੋ ਇਹ 7ਵਾਂ ਮਹਾਨ ਨਗਰ ਕੀਰਤਨ ਹੋ ਰਿਹਾ ਆ ਔਰ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਉਹਨਾਂ ਨੇ ਵੀ ਆਪਣੇ ਕਮਰ ਕੱਸੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸ਼ੁਕਰੀਆ ਜੀ ਸੋ ਇੱਥੇ ਲੋਕਲ ਸੋ ਆਪਣੇ ਨਾਲ ਕੁਝ ਹੋਰ ਨੌਜਵਾਨ ਵੀਰ ਜਿਹੜੇ ਜੁੜੇ ਨੇ ਉਹ ਵੀ ਆਪਣੇ ਵਿਚਾਰ ਸਾਂਝੇ ਕਰਨੇ ਚਾਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਕੀ ਨਾਮ ਹੈ ਵੀਰ ਜੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਗਮੀਤ ਸਿੰਘ ਰੰਧਾਵਾ ਪਿੰਡ ਉਦੋ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਅਤੇ ਅਸੀਂ ਅੰਮ੍ਰਿਤਸਰ ਸ਼ਹਿਰ ਨੂੰ ਬਿਲੋਂਗ ਕਰਦੇ ਹਾਂ ਸੋ ਇਹ ਜਿਹੜਾ ਨਗਰ ਕੀਰਤਨ ਆ
शहीदां दी याद नूं समर्पित आ। जून 1984 दा जिहड़ा घल्लूघारा होया वा, उस वेले दी प्राइम मिनिस्टर इंदिरा गांधी वल्लों जिहड़ा अटैक कीता गया वा, ते शहीद उत्थे बहुत सारे सिंघ छड्डे आ, शहीद होए आ, इहनूं ब्लैक डे वजों वी जाणिया जांदा वा। ते उह शहीदां दी याद नूं लैके जिहड़ा कि ना कदी भुल्लण योग आ ते ना ही बख्शण योग आ, ते उस चीज़ नूं लैके सारी सिख संगत अज इकट्ठी हुई आ, ते सानू सारियां नूं असीं उहनां नूं फतेह बुलाउने। वाहिगुरू जी का खालसा, वाहिगुरू जी की फतेह। ते वीर जी तुसीं दस सकदे उस टाइम दे ते तुहाडा जन्म हो चुका सी उस नाल? मैं उस टाइम ते इस घल्लूघारे तों 4 महीने बाद सितंबर दे विच मेरा जन्म होया, पर उस वेले जदों असीं छोटे सीगे सानू साडे मां प्यो वल्लों दस्या गया कि एक ब्लैक डे सी, बहुत सारे ही बिना जिहड़े छोटे छोटे मासूम बच्चे उहनां दा कतल कीता गया। ठीक है जी, उस वेले सरोवर दे विच जिहड़ा वा कई निहत्थे लोकां नूं मारिया गया, आर्मी ने अटैक किया उस वेले इंडिया दी ने, ते बहुत मार के सुटिया, सरोवर भी जिहड़ा लाल कर दिता, खून दे कर दिता गया, फिर उत्थे बहुत ही ज़्यादा जिहड़ा वा बुरा व्यवहार किया गया, जिथे सिखां दा धुरा मन्निया जांदा वा श्री हरिमंदर साहब दरबार साहब, ते जिथे सिखां दीआं भावनावां जुड़ियां होईआं वा इहो जी संस्था दे नाल, इहो जी जगह दे नाल, ते उत्थे बहुत ही ज़्यादा घिनौना कदम सीगा साडी इंडिया दी सरकार दा, ते असीं उहदे विरोध दे विच हमेशा ही डट के खड़े रहांगे जो उहनां ने साडी सिख कौम नाल कीता, जिहदे तों सानूं महसूस हुंदा वा कि किते ना किते सानूं उपरा समझिया जांदा वा इंडिया दे विच, सानूं अपना हिस्सा नहीं मन्निया जांदा इंडिया दी सरकार वल्लों, ते असीं कदी इह ना भुल्लण योग आ, ते ना असीं कदी इस चीज़ नूं बख्श सकदे हां जो साडे नाल कीता गया, जो साडी सिख कौम दे नाल कीता गया, जिहदे करके ही असीं अज इहदे रेफरेंडम दे विच असीं खालसा जिहड़ा वा असीं अपना खालिस्तान दी मंग करदे हां, ते असीं चाहुंदे हां कि साडा वखरा खालिस्तान बनाया जावे जी। सो थैंक यू, ते बहुत बहुत मेहरबानी भाई, तुसीं जी का खालसा, वाहिगुरू जी की फतह। सो इस नौजवान जिन्हां ने अपने विचार सांझे कीते, ते कुछ महीने बाद इहदा जन्म होया, किदां उह जिहड़े दिन सीगे, किस तरीके दे नाल, सो की नाम है वीर? जसमीत सिंह नाम है मेरा जी। मेरी पैदाइश दिल्ली दी है, मैं 84 दे विच ही पैदा होया, 8 अक्टूबर नूं। ते उह समां मतलब कि मैं तां बहुत निक्का सी पैदा ही होया सी, मेरे वड्डे वडेरां दस्सिया कि बहुत माड़ा कम होया उदों, क्योंकि सब तों वध नुकसान दिल्ली च होया सी उस टाइम ते। असीं दिल्ली तों आ, फिर 2000 दे विच असीं पंजाब आ गए। देखो जी, असीं क्यों कहिंदे आ कि साडे नाल माड़ा होया, तरीके होर वी सीगे अगर गल्लबात करन दे, गैस दे गोले या कुछ होर तरीके नाल वो गलबात कर सकते सी, बगैर अटैक हरिमंदर साहब ते करना, ये बहुत वड्डी सट ते ठेस पहुँचाई है सिख कौम नूं, जो कि साडे लोकां नाल माड़ा होया उही साडे दिलां दे विच है, उहदे करके ही असीं मंग कर रहे हैं इन्ने सालां तों। 1940 दिल्ली विच तां आपां जदों देखिया वी, जदों इंदिरा गांधी दा सौदा लाया गया, ते उस तों बाद दे विच किस तरीके दे नाल उत्थे कतलेआम होया, आपदी दादी गवाई है उस 'च, साडे परिवारां दे बहुत नुकसान होए ने, मेरे फादर साहब सपोर्ट करदे सीगे, ते साडे नाल बहुत माड़ा होया। ਮਤਲਬ ਕਿ ਮੇਰੇ ਤੁਸੀਂ ਇੱਥੇ ਫਿਰ ਕਦੋਂ ਕ ਆਏ ਆ ਹੁਣ? ਅਸੀਂ ਸਨ 2000 ਤੋਂ ਬਾਅਦ ਇੱਥੇ ਪੰਜਾਬ 'ਚ ਆਏ, ਕਿਉਂਕਿ ਜਦੋਂ ਸਾਨੂੰ ਲੱਗਿਆ ਕਿ ਹੁਣ ਮਤਲਬ ਕਿ ਇੱਥੇ ਅਸੀਂ ਹੁਣੇ ਹੀ ਆਏ ਹਾਂ ਜੀ। ਹਾਂਜੀ ਹਾਂਜੀ ਹਾਂਜੀ। ਤੁਸੀਂ ਦੱਸ ਸਕਦੇ ਆ ਵੀ ਉੱਥੇ ਫਿਰ ਕਿੱਦਾਂ ਦਾ, ਬਾਅਦ ਦੇ ਵਿੱਚ ਵੀ ਜਿਹੜੇ ਉੱਥੋਂ ਦੇ ਲੋਕ ਸੀ ਕਿੱਦਾਂ ਦਾ ਵਿਹਾਰ ਰਿਹਾ ਉਹਨਾਂ ਦਾ? ਦੇਖੋ ਜੀ, ਫਰਕ ਤਾਂ ਕਰਦੇ ਸੀ, ਹੁਣ ਵੀ ਜਿਹੜਾ ਹੁਣ ਅੰਮ੍ਰਿਤਪਾਲ ਭਾਈ ਅੰਮ੍ਰਿਤਪਾਲ ਨਾਲ ਜੋ ਹੋਇਆ, ਉਸ ਤੋਂ ਬਾਅਦ ਵੀ ਹੁਣ ਕਿੰਨਾ ਨੁਕਸਾਨ ਸਿੱਖਾਂ ਦੇ ਨਾਲ ਹੋ ਰਿਹਾ, ਧੱਕੇਬਾਜ਼ੀ ਹੋ ਰਹੀ ਹੈ ਲੁਧਿਆਣੇ, ਭਈਏ ਦਾ ਕੋਈ ਬਹੁਤਾ ਫਰਕ ਨਹੀਂ ਪਿਆ ਸਿੱਖਾਂ ਦੇ ਨਾਲ? ਅਜੇ ਵੀ ਵਧੀਕੀਆਂ ਉਦਾਂ ਹੀ ਹੋ ਰਿਹਾ ਜੀ, ਵਧਿਆ ਜਾਂਦਾ ਜੀ ਹੁਣ। ਸਾਨੂੰ ਉਮੀਦ ਸੀ ਕਿ ਜਿਹੜੀ ਆਮ ਆਦਮੀ ਦੀ ਸਰਕਾਰ ਆਈ ਹੈ ਸ਼ਾਇਦ ਕੁਝ ਵੱਖਰਾ ਕਰੇ ਕਾਂਗਰਸ ਨਾਲੋਂ, ਅਕਾਲੀ ਦਲ ਨਾਲੋਂ ਜਾਂ ਬੀਜੇਪੀ ਨਾਲੋਂ, ਪਰ ਇਹ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਆ, ਤੇ ਅਸੀਂ ਸੋਚਿਆ ਸੀ ਵੀ ਇਹ ਸ਼ਾਇਦ ਕੁਝ ਸਿੱਖਾਂ ਦੇ ਹੱਕ 'ਚ ਗੱਲ ਕਰਨ, ਸਿੱਖਾਂ ਦੇ ਵੱਲ ਦੀ ਗੱਲ ਕਰਨ, ਪਰ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਕੀਤੀ ਆ, ਉੱਪਰੋਂ ਇੰਨਾ ਵਿਤਕਰਾ ਕੀਤਾ ਗਿਆ ਕਿ ਉਹਨਾਂ 'ਤੇ ਜਿਹੜੀ ਧਾਰਾ ਲਗਾ ਕੇ ਅਤੇ ਉਹਨਾਂ ਨੂੰ ਜਿਹੜਾ ਵਾ ਦੂਸਰੇ ਸਟੇਟ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ, ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ। ਐਸੇ ਵਾਲੀ ਕੋਈ ਗੱਲ ਨਹੀਂ ਸੀ, ਅਸੀਂ ਧਰਮ ਦੀ ਮੰਗ ਵਿਰੋਧ ਕਰਦੇ ਹਾਂ, ਇਹ ਨਹੀਂ ਸੀ ਹੋਣਾ ਚਾਹੀਦਾ, ਸਾਨੂੰ ਇਸ ਸਰਕਾਰ ਤੋਂ ਇਹ ਉਮੀਦ ਨਹੀਂ ਸੀ। ਸਰਕਾਰਾਂ ਆਉਂਦੀਆਂ ਰਹਿੰਦੀਆਂ, ਸਰਕਾਰਾਂ ਜਾਂਦੀਆਂ ਰਹਿੰਦੀਆਂ ਜੀ, ਪਰ ਸ਼ੁਰੂ ਤੋਂ ਸਿੱਖਾਂ ਦੇ ਨਾਲ ਧੱਕਾ ਹੀ ਹੁੰਦਾ ਆ ਜੀ, ਹਮੇਸ਼ਾ ਧੱਕਾ ਹੀ ਹੁੰਦਾ। ਕੋਈ ਵੀ ਨੌਜਵਾਨ ਸਿੱਖ ਜੇ ਕੋਈ ਉੱਭਰ ਕੇ ਆਉਂਦਾ ਆ, ਕੁਛ ਕਰਨਾ ਚਾਹੁੰਦਾ ਆਪਣੀ ਕੌਮ ਵਾਸਤੇ ਕਰਨਾ ਚਾਹੁੰਦਾ ਆ, ਤੇ ਪਰ ਉਹਨੂੰ ਦਬਾ ਲਿਆ ਜਾਂਦਾ ਆ ਜੀ, ਉਹਦੀ ਆਵਾਜ਼ ਨੂੰ ਦਬਾ ਲਿਆ ਜਾਂਦਾ ਆ, ਜਿੱਦਾਂ ਭਾਈ ਅੰਮ੍ਰਿਤਪਾਲ ਦੀ ਵੀ ਆਵਾਜ਼ ਨੂੰ ਦਬਾ ਲਿਆ ਗਿਆ ਜੀ। ਤੁਸੀਂ ਹਿਸਟਰੀ ਚੈੱਕ ਕਰੋ, ਸਭ ਤੋਂ ਵੱਧ ਘਾਟੇ ਦਿੱਲੀ 'ਚ ਹੋਏ ਆ ਸਿੱਖਾਂ ਨਾਲ, ਹੁਣ ਤੱਕ ਹੋ ਰਹੇ ਨੇ।
कुछ समझते ही नहीं सिखा दिल्ली दे विच या कहते मतलब कि जिथे भी सिख कौम की मतलब कि कह लो पॉपुलेशन घट है उत्थे दबांदे ने। सो ये चीजा ध्यान च रखते असीं किस तरह अपने वखरे खालिस्तान राज की मंग करिए। जिहड़ा महाराजा रणजीत सिंह दे वेले खालिस्तान राज सीगा, एडा वड्डा राज सी, उहदे विच लाहौर सीगा, हिमाचल सी, सारा सी, उह साडा सारे तों साडा सारा खोलिया गया, उह असीं वापस लैणा चाहुंदे आ, साडी मंग आ, साडे हक मिलण सानूं, साडे कौम की गल होवे, साडे लोकां की गल होवे। सो ये साडी श्री अमृतसर की धरती तो मैं भी बिलोंग करना है, पर अभी एक मतलब की चीज वे भी एक घुटन दबन जी महसूस करते हैं भी सरकार आउंदियां रहिंदियां पर सिखां नूं बाहर सिखां नूं सिक्का का हक नहीं मिलता। दूजे दर्जे के नागरिक जो जिहड़ा उत्थे देखा जांदा। बहुत बहुत शुक्रिया धन्नवाद तुसीं विचार सांझे खालसा वाहिगुरु जी फतेह। सो आपां जिहड़ा देख रहे हैं नौजवानों दीआं जिहड़ीआं भावनावां उह सारे खुश, खालसा वाहिगुरु फतेह जी, खालसा वाहिगुरु जी की फतेह। की हाल है जी? जी सो आपां इस टाइम जुड़े हुए हैं इत्थे नगर कीर्तन दे विच, आपां पहुंचे हुए हैं अपने नाल करमजीत सिंह जी जिहड़े उह जुड़े ने सुनाम। सो ये किसी इंट्रोडक्शन के मुहताज नहीं, जिस तरीके दे नाल इन्होंने उस टाइम कौम के लिए जिहड़ा वो काम किया। सो सब तो पहले जी इन्हें आखते हैं वाहिगुरु जी खालसा। सो तुसी पहली बारी इस नगर कीर्तन शामिल होने लिए पहुंचे? हाँ जी महाराज ने मैंने पहली बारी मौका दिता तुहाडे सभना के दर्शन करन दा। तो अकाल पुरख जी धन धन साहिब श्री गुरु ग्रंथ साहिब जी का मैं कोट कोट धन्यवाद हाँ कि आ सभना के जिहड़ा चरण प्रशन का मैं मौका मिले। सो तुसी देखते हैं पहली रही हाँ, सो डायसपोरा देख के संगत को देख के कि महसूस हो? मैं बहुत फखर हों कि सत समुंदर पार आ के भी साड़ी कौम अपने विरसे नाल अपनी गुरमत विरसे नाल ते पंजाब दे विरसे नाल इन्ना जुड़ी है, पंजाब दे जख्म नाल इन्नी जुड़ी है। मैनू बहुत फखर हों कि इत्थे सिख कौम ने विद्या ही नहीं तरक्या ही नहीं बल्कि जिहड़ा जूड़े नूं भी संभाल के रखिया, सब तो वड्डी प्राप्ति है जी। सो जो तुसी राजीव गांधी दे लई जिहड़ा उस टाइम दे उत्ते जो तुसी कीता उह सारा कुछ आपां सारे जणे जाणदे आ, जे तुसी उस दा कोई वाकियात कुछ शेयर करना चाहुंदे संगतां दे नाल? मैं समझदा कि सिख कौम दे उत्ते जिहड़ी कांग्रेस सरकार ने बहुत वड्डी भाजी पाई हुई सी ते वो ये समझते सी कि सिख कौम जिहड़ी है ना ब्लू स्टार दे विच इन्ना कतलेआम होने तो बाद उहनूं भुल भल गई होएगी, जो 84 नवंबर दे विच कतलेआम होया देख के इस तरह लगता सी कांग्रेस दे जिहड़े हुक्म मन्नी बैठे ने दस कोलो इस साहब महाराज ने दस की कृपा करके उस दुश्मन नूं कि सिख कौम साए वांग अपने करन जा रही है ते सत जन्मां तक भी उन्हां दा पिछा करेगी। मुठ्ठी भर रह गए सी उदों भी घोड़ियां दीआं काठियां ते छोले पर खा के भी उन्होंने जवाब जिहड़ा दित्ता सी उसे तरीके दे नाल तुसीं जिहड़ा इह उदों जवाब दित्ता जिहड़ा उह कीता कोशिश जिहड़ी उह कीती आ। सो जो हुण हुण दे उत्थे दे हालात आ तुसीं देखदे आ, तुहानूं लगदा इह कुछ बदल लिया? जिहड़ी हुण थोड़ी ड्रॉबैक्स इह आ गए क्योंकि सानूं जिहड़ी राजनीतिक रिप्रजेंटेशन आ उह प्रोपर सिख कौम नूं नहीं मिल सकी। जिहड़ी SGPC है उन्हें अपने बनते हक नहीं निभाए, राजनीतिक पक्षों ही सानू पिछे नहीं छड़िया, जिहड़े धार्मिक विरसे दे विच भी सानू अजिहा सानू मतलब ड्राबैक वाला जिहड़ा उन्होंने वातावरण दिता। उहदे लई जिम्मेवार ने जिहड़े राजनीतिक पार्टियां जिहड़े अपने नूं पंथक वो पूरी तरह जिम्मेवार कि श्रोमणी कमेटी एक आजाद चर नहीं सकी तो उहदा साडी कौन मैसेज दा बहुत वड्डा उस कारण है कि पिंड जिहड़े ने उह सिक्खी तो दूर हो एरिया वल हो रहे आ, पिंडां तो दूर हो रहे आ, सानूं जिहड़ी एजुकेशन बहुत महंगे रेट दे उत्ते साडे बच्चां नूं पिंडां दे विच लैणी पै रही है ते इत्थों तक कि जिहड़ियां मिशनरी जिहड़ियां एजुकेशन दा गलबा पा के जिहड़ा सानूं अपने जिहड़ा सिक्खी तो दूर कर कि बहुत ही भाग की गल कि जिसनों जिहड़ा जाणिया जांदा जिहड़ी गुरुआं दे नाम नाल जाणिया जांदा उहदे उत्ते ही असीं अपनी आइडेंटिटी बनाई रखण दे विच बहुत वड्डा संघर्ष करना पै। की संगतां नूं बेनती आ जो हुण तुसीं बाहर आए आ जो उत्थे भी बैठियां जिहड़ियां संगतां सुण देख रहियां की अपील करदे कि जिहड़े पंजाब दे विच इस वेले जिहड़ा लोड़ सानूं कल्ले एजुकेशन के नाल जोड़ांगे तो सानू गुरमत की एजुकेशन नाल दी नाल जुड़ के अपने आप जिहड़ी फ्री दे विच आएगी तो
तो मैं समझा कि सानू लंगर तो बाद जी दो नंबर ते जी सानू टॉप प्रायोरिटी देनी चाहिए हो कॉमोडिटी है एक रोटी दे लंगर नहीं लाना जाती है विद्या दे लंगर भी लाना करी फिर तुम जी एन आखते जी आप जी गुरु प्यारी साध संगत जी वाहेगुरु जी का खालसा वाहेगुरु जी की फतेह जी सब तो पहला तो मैं आप जी टीम का पूरी का धन्यवाद करदा कि जदों भी कोई भी पंथक कार्ज हुंदा है आप जी बढ़ चढ़ के उस विच हिस्सा पाउंदे हो ते नाल ही मैं जिन्नियां भी संगतां घरां दे विच बैठियां इस चीज़ नूं सरवण कर रही जिस चीज़ नूं देख रही आ ये जो देने आए बार बार नहीं आते साल में एको बारी सारे गुरु घर सारिया प्रबंधक कमेटियां सारिया जथेबंदियां रल मिल के इस शहीदां दी याद दे विच सब तो पहला साढ़े पंजवें पातशाह साहिब सतगुरु श्री गुरु अर्जन देव जी महाराज जी का शहीदी दिहाड़ा तो 1984 के बच जो कतलेआम सह कौम का होया जो साढ़े अकाल तख्त उत्ते अटैक किया गया जो हिंदुस्तान की सरकार ने धक्का किया उन्होंने शहीदों को याद करदिया होया ये नगर कीर्तन सैन फ्रांसिस्को धरती पर कढ़िया जाता असी गदरी बाबा की धरती तो आए हाँ यही बेनती असी करते हैं कि जे असी अपने शहीदों भुल गए जे असी उन्होंने दिती हुई कुरबानियां भुल गए साडा इन्हां धरतियां दे उत्ते आया दा भी कोई फायदा नहीं क्योंकि जो गदरी बाबे जिन्हां हालातों के बच्चे इस धरती से आए थे उन्होंने किन्नियां कुरबानियां कीतियां किन्नी मशक्कत किन्नी घाल कमाई की कि सानू इन्ने सोहना प्लेटफॉर्म सिरज के दिता कि असी दूर बैठे हुए भी अपने घर का दर्द अपनी कौम का दर्द सारी दुनिया के नाल सांझा कर सकते हैं। मैं बेनती करूँगा कि जिहड़ियां भी पंथक धिरां जां जिहड़े भी सिख सिख संगत घरां दे विच बैठी है ये साल बाद दिन आना सारा साल तुहाडे मन विच यह चिंता रहनी मैं क्यों नहीं गया हाले भी कुछ नहीं होया अपने घर तो गड्डियां चको आओ सिविक सेंटर के पहुँचो तो जो शहीदों की याद के नगर कीर्तन हो रहा आ गुरु साहब की शहादत नूं समर्पित आ आप सारे जने रल मिलो बच्चे अपना योगदान पाइए तो सारी संगत नूं अपील आ बद चढ़ के आओ वाहेगुरु जी का खालसा वाहेगुरु जी की फतेह। सो आप जिहड़ा तुहानूं लाइव जिहड़ा दिखा रहे हैं इत्थों दा सीधा प्रसारण तो कुछ ही चिर जी सैकंड स्ट्रीट के उत्ते जी स्टेज आडे जे असी रूबरू जे करते हैं वो तुहानू असी दिखाने सो इदा ही कंटिन्यूज जो लाइव आ चलता रहेगा पंजाबी रेडियो USA की फेसबुक के उत्ते। कबीर मोहे मरने ना जाओ है मरो बाहर की द्वार मत हर